ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਯਾਰ ਲੇਜੀ ਜੀ ਵੀ ਲਗਰੀ ਜਾਂਦੇ ਸੀਗੇ ਤੇ ਮੀਂਹ ਵੀ ਪਈ ਜਾਂਦਾ ਸੀ ਬਾਹਰ ਤਾਂ ਕਰਕੇ ਬਾਹਰ ਜਾਣ ਦਾ ਜੀ ਨਹੀਂ ਕੀਤਾ ਤਾਂ ਕਰਕੇ ਇੱਥੇ ਵੀਡੀਓ ਬਣਾਉਣ ਦਾ ਥੋੜਾ ਜਿਹਾ ਸਵੱਭਜਾ ਬਣਿਆ ਹਨ ਤੇ ਅੱਜ ਦੀ ਵੀਡੀਓ ਬੇਸਡ ਯੂਨੀਵਰਸਿਟੀ ਦੀਆਂ ਕੁਝ ਗੱਲਾਂ ਤੇ ਜਿਹੜੀਆਂ ਤੁਹਾਨੂੰ ਬਹੁਤ ਘੱਟ ਜਾਣਿਆ ਨੂੰ ਪਤਾ ਹੁੰਦੀਆਂ ਕੋਈ ਦੱਸਦਾ ਨਹੀਂ ਜਾਂ ਮਤਲਬ ਕੋਈ ਦੱਸਣ ਦਾ ਨਾ ਜ਼ਰੂਰੀ ਨਹੀਂ ਸਮਝਦਾ ਜਿਆ ਹਰੇ ਕੁਝ ਤਾਂ ਕੁਝ ਗੱਲਾਂ ਨੇ ਕੋਈ ਸਕ੍ਰਿਪਟ ਸਕ੍ਰਿਪਟ ਤਾਂ ਤਿਆਰ ਨਹੀਂ ਕੀਤੀ ਵੈਸੇ ਵੀ ਕੋਈ ਵੈਸੇ ਐਡਾ ਕੋਈ ਵੱਡਾ ਟੌਪਿਕ ਨਹੀਂ ਹੈਗਾ ਪਰ ਕੁਝ ਗੱਲਾਂ ਇਹੋ ਜਿਹੇ ਛੋਟੀਆਂ ਜਿਹੜੀਆਂ ਸਟੂਡੈਂਟਸ ਦੇ ਕੰਮ ਆ ਸਕਦੀਆਂ ਹਨ ਜਿਹੜੇ ਜਨਵਰੀ ਇਨਟੇਕ ਦੇ ਵਿੱਚ ਆਉਣ ਵਾਲੇ ਆ ਜਾਂ ਜਿਹੜੇ ਸਤੰਬਰ ਇਨਟੇਕ ਚ ਆਏ ਆ ਹੁਣ ਤਾਂ ਵੀਡੀਓ ਧਿਆਨ ਨਾਲ ਦੇਖਿਓ ਜਿਨ੍ਹਾਂ ਨੇ ਆਉਣਾ ਤੇ ਜਿਹੜੇ ਹੁਣੇ ਆਏ ਆ ਹਾਂਜੀ ਤਾਂ ਕੁਝ ਗੱਲਾਂ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਦਾ ਆਈ.ਡੀ. ਕਾਰਡ ਕਲੈਕਟ ਕਰਦੇ ਹੋ ਤਾਂ ਤੁਹਾਨੂੰ ਇੱਕ ਈਮੇਲ ਦਿੱਤੀ ਜਾਂਦੀ ਹੈ ਸਟੂਡੈਂਟ ਈਮੇਲ ਜਿਵੇਂ ਹੁਣ ਸਾਡੀ ਯੂਨੀਵਰਸਿਟੀ ਦਾ ਸਟਾਫ ਸਟਫਰ ਉਹਦੇ ਪਿੱਛੇ ਲੱਗਦਾ @studentof.staff.ac.uk ਠੀਕ ਹੈ ਉਹ ਤੁਹਾਡੀ ਇੱਕ ਅਡ ਈਮੇਲ ਹੁੰਦੀ ਹੈ ਜਿਹੜੀ ਮਾਈਕਰੋਸਾਫਟ ਵਨ ਡਰਾਈਵ ਦੇ ਵਿੱਚ ਤੁਹਾਨੂੰ ਸਾਰਾ ਕੁਝ ਡਾਟਾ ਹੁੰਦਾ ਉਹਦਾ ਉਹਦਾ ਸਿੰਕ ਹੋਇਆ ਹੁੰਦਾ ਹਨ ਤੇ ਜਿਹੜੀ ਤੁਹਾਨੂੰ ਉਹ ਈਮੇਲ ਹੁੰਦੀ ਹੈ ਜਿਹੜੀ ਵਨ ਡਰਾਈਵ ਹੈ ਹਨ ਤੇ ਜੇ ਤੁਸੀਂ ਉਹ ਈਮੇਲ ਲੌਗਇਨ ਕਰਦੇ ਹੋ ਯੂਨੀਵਰਸਿਟੀ ਦੇ ਕਿਸੇ ਵੀ ਕੰਪਿਊਟਰ ਦੇ ਵਿੱਚ ਲੌਗਇਨ ਕਰਦੇ ਹੋ ਕਿਸੇ ਵੀ ਕਮਰੇ ਦੇ ਵਿੱਚ ਕਿਸੇ ਵੀ ਕੰਪਿਊਟਰ ਦੇ ਵਿੱਚ ਤਾਂ ਤੁਸੀਂ ਵਨ ਡਰਾਈਵ ਨੂੰ ਸਿੰਕ ਕਰਦੇ ਹੋ ਤੇ ਤੁਹਾਡਾ ਡਾਟਾ ਉਸੇ ਕੰਪਿਊਟਰ ਤੇ ਸਾਰਾ ਆ ਜਾਂਦਾ ਤਾਂ ਤੁਹਾਨੂੰ ਕੋਈ ਐਡਾ ਕੋਈ ਪ੍ਰੋਬਲਮ ਹੋਣ ਦੀ ਲੋੜ ਨਹੀਂ ਹੈਗੀ ਵੀ ਜੇ ਮੈਂ ਆਹ ਕੰਪਿਊਟਰ ਯੂਜ਼ ਕਰਦਾ ਤਾਂ ਮੈਂ ਇਹੀ ਕਰੂੰਗਾ ਜਦ ਤੁਸੀਂ ਜਿਹੜਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਮਰਜੀ ਕੰਪਿਊਟਰ ਵਰਤ ਸਕਦੇ ਹੋ ਉੱਥੇ ਹੀ ਤੁਹਾਡਾ ਡਾਟਾ ਸਿੰਕ ਹੋ ਕੇ ਆ ਜਾਊਗਾ ਠੀਕ ਹੈ ਦੂਜੇ ਨੰਬਰ ਤੇ ਗੱਲ ਆ ਗਈ ਲੈਕਚਰਾਂ ਦੀ ਅ ਇੱਥੇ ਜਿਹੜੇ ਮਾਸਟਰ ਹੁੰਦੇ ਆ ਉਹ ਆਪਣੇ ਵਾਲਾ ਵਾਂਗੂ ਨਹੀਂ ਹੁੰਦੇ ਵੀ ਜੇ ਆਪਾਂ ਕਹਿ ਲਈਏ ਕਿਉਂਕਿ ਉੱਥੇ ਕੀ ਹੁੰਦਾ ਈ ਸਾਡੀ ਬੈਚਲਰਸ ਦੀ ਤੁਹਾਨੂੰ ਮੈਂ ਗੱਲ ਦੱਸਦਾ ਬੈਚਲਰਸ ਦੇ ਵਿੱਚ ਮੇਰਾ ਮੈਥ ਬਹੁਤ ਵੀਕ ਹੈ ਮੇਰਾ ਮੈਥ ਹਜੇ ਵੀ ਬਹੁਤ ਵੀਕ ਹੈ ਤੇ ਜਿਹੜੇ ਟੈਕਨੀਕਲ ਸਬਜੈਕਟਸ ਹੁੰਦੇ ਸੀਗੇ ਉਹਨਾਂ ਵਿੱਚ ਮੈਂ ਕਿਤਾਬਾਂ ਤੋਂ ਨਾ ਸਿੱਖ ਕੇ ਮੈਂ ਪ੍ਰੈਕਟੀਕਲਟੀ ਨਾਲ ਸਿੱਖਦਾ ਸੀਗਾ ਹਨਾ ਵੀ YouTube ਦੇਖ ਲੈਂਦਾ ਸੀਗਾ ਜਾਂ ਮੈਂ ਕਦੇ-ਕਦੇ ਮਿਲਟਰੀ ਲਈ ਐਂ ਕਰਦਾ ਹੁੰਦਾ ਸੀਗਾ ਵੀ ਜਿਵੇਂ ਮੰਨ ਲਓ ਹੁਣ ਡਿਜੀਟਲ ਸਿਗਨਲ ਜੇ ਕੋਈ ਸਿਗਨਲ ਪ੍ਰੋਸੈਸਿੰਗ ਦਾ ਹੋਵੇ ਤਾਂ ਉਹਦੇ ਵਿੱਚ ਜਿਹੜੇ ਲੀਨੀਅਰ ਸਿਗਨਲ ਦਾ ਡਿਸਕ੍ਰੀਟ ਸਿਗਨਲ ਹੈ ਜਾਂ ਮਤਲਬ ਜਿਹੜੇ ਫਿਲਟਰ ਹਨਾ ਅਡਾਡ ਚੀਜ਼ਾਂ ਹੁੰਦੀਆਂ ਹਨਾ ਉਹ ਚੀਜ਼ਾਂ ਦੀ ਮੈਂ ਮੈਨੂਫੈਕਚਰਰਜ਼ ਨੂੰ ਲੱਭ ਕੇ ਉਹਨਾਂ ਕੋਲ ਜਾਵੜਦਾ ਸੀਗਾ ਉਹਨਾਂ ਨੂੰ ਕਹਿੰਦਾ ਜੀ ਬਾਈ ਪੈਸੇ ਲੈ ਲੈ ਮਾੜੇ ਮੋٹے ਮੈਨੂੰ ਇਹਦੇ ਬਾਰੇ ਦੱਸ ਦੇ ਵੀ ਇਹ ਕੀ ਹੁੰਦਾ ਹਨਾ ਮੈਂ ਇਹ ਜਾ ਕੁਝ ਕਰਦਾ ਹੁੰਦਾ ਸੀਗਾ ਮੈਂ ਕਿਤਾਬਾਂ ਤੋਂ ਜ਼ਿਆਦਾ ਨਹੀਂ ਪੜਿਆ ਤੇ ਤਾਂ ਕਰਕੇ ਹੁਣ ਉਥੋਂ ਦੇ ਟੀਚਰ ਪ੍ਰੈਫਰ ਕਰਦੇ ਆ ਵੀ ਟੂ ਦਾ ਪੁਆਇੰਟ ਗੱਲ ਲਿਖੋ ਜਿਹੜਾ ਕੁਝ ਅਸੀਂ ਪੜਾਇਆ ਉਹ ਲਿਖੋ ਆਪ ਦੇ ਵੱਲੋਂ ਗਿਆਨ ਨਾਲ ਉਹ ਕਰੋ ਤੇ ਤਾਂ ਕਰਕੇ ਹੁਣ ਤਾਂ ਤਾਂ ਹੀ ਮੇਰੀ ਬੀਟਕ 2 ਸਾਲ ਲੇਟ ਹੋ ਗਈ ਚਲੋ ਠੀਕ ਆ ਮੈਥ ਦਾ ਵੀ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਵੀ ਬੀਟਕ ਲੇਟ ਹੋਈ ਪਰ ਇੰਨਾਂ ਚੀਜ਼ਾਂ ਦਾ ਵੀ ਬਹੁਤ ਵੱਡਾ ਰੋਲ ਪਰ ਇਥੇ ਨਹੀਂ ਹੁੰਦਾ ਇੱਥੇ ਜਿਹੜਾ ਟੀਚਰ ਹੈ ਇੱਥੇ ਮੰਨ ਲਓ ਜੇ ਸਟੂਡੈਂਟ ਕੋਈ ਆਊਟ ਆਫ ਦਾ ਵੇਅ ਜਾ ਕੇ ਕੋਈ ਆਈਡੀਆ ਕਹਿ ਦੇ ਜਾਂ ਕੋਈ ਇਹ ਜਿਹਾ ਦਾ ਕੁਝ ਦੱਸ ਦੇ ਜਿਹੜਾ ਟੀਚਰ ਨੂੰ ਨਹੀਂ ਪਤਾ ਤਾਂ ਉਹ ਟੀਚਰ ਉਹ ਸਟੂਡੈਂਟ ਦੀ ਬਹੁਤ ਰਿਸਪੈਕਟ ਕਰਦਾ ਵੀ ਯਾਰ ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀ ਤੂੰ ਮੈਨੂੰ ਸਿਖਾਤਾ ਬਹੁਤ ਚੰਗੀ ਚੀਜ਼ ਹੋ ਗਈ ਹਨਾ ਵੀ ਤੂੰ ਬਹੁਤ ਅੱਗੇ ਜਾਏਗਾ ਐ ਆ ਵਾ ਐਪਰੀਸ਼ੀਏਟ ਐਪਰੀਸ਼ੀਏਟ ਕਰਦੇ ਹਨ ਇੱਥੇ ਤੇ ਇਹ ਚੀਜ਼ਾਂ ਇਹ ਤਾਂ ਕਰਕੇ ਜਿਹੜਾ ਵੀ ਕੁਝ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਆ ਆਈਡੀਆ ਜਾਂ ਕੁਝ ਵੀ ਉਹ ਕਦੇ ਵੀ ਜੱਕਣਾ ਨਹੀਂ ਇੱਥੇ ਵੀ ਕਦੇ ਵੀ ਹੈਜ਼ਿਟੇਟ ਨਹੀਂ ਕਰਨਾ ਟੀਚਰ ਨੂੰ ਦੱਸਣ ਲੱਗੇ ਵੀ ਮੈਨੂੰ ਆ ਆ ਆ ਬਾਅਦ ਪੁੱਛੋ ਜਨੇਵਰੀ ਮਰਜੀ ਕੋਈ ਚੱਕਰ ਨਹੀਂ ਤੇ ਅਗਲੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਇੱਥੇ ਲੈਕਚਰ ਹੈ ਉਹ ਸਾਰੇ ਰਿਕਾਰਡ ਹੋ ਜਾਂਦੇ ਹਨ ਤੇ ਰਿਕਾਰਡ ਹੋ ਕੇ ਤੁਹਾਡੇ ਸਿਸਟਮ ਚ ਜਾੜਦੇ ਜੇ ਮੈਂ ਤੁਹਾਨੂੰ ਆਖਿਆ ਵੀ ਥੋੜੀ ਈਮੇਲ ਦਿੰਦੇ ਹੁੰਦੇ ਹਨ ਉਹ ਸਾਡ ਸਾਰੀਆਂ ਅੱਡ ਅੱਡ ਯੂਨੀਵਰਸਿਟੀਆਂ ਦੀ ਅੱਡ ਅੱਡ ਐਪ ਹੁੰਦੀ ਹੈ ਜਿਵੇਂ ਸਾਡੀ ਯੂਨੀਵਰਸਿਟੀ ਦੀ ਬੀਕਨ ਸਟੈਫਰਡਸ਼ਾਇਰ ਦੀ ਤਾਂ ਉਹਦੇ ਵਿੱਚ ਸਾਰਾ ਸਾਰਾ ਡਾਟਾ ਆ ਜਾਂਦਾ ਸਾਰੇ ਯੂਨੀਵਰਸਿਟੀ ਦੇ ਇਵੈਂਟਸ ਵੀ ਉੱਥੇ ਈਮੇਲ ਤੁਹਾਨੂੰ ਆ ਜਾਂਦੀ ਹੈ ਸਾਰੇ ਲੈਕਚਰਸ ਵੀ ਉੱਥੇ ਤੁਹਾਨੂੰ ਕੋਰਸ ਦੇ ਵਿੱਚ ਮਿਲ ਜਾਂਦੇ ਆ ਤਾਂ ਤੁਸੀਂ ਉਹ ਪੇਪਰਾਂ ਦੇ ਟਾਈਮ ਤੇ ਤੁਸੀਂ ਪੜ੍ਹ ਸਕਦੇ ਹੋ ਠੀਕ ਹੈ ਤੇ ਅਗਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀਆਂ ਇੱਥੇ ਬਿਲਡਿੰਗਸ ਐ ਜਾਂ ਕਿਸੇ ਵੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਐ ਉਹ ਆਲਮੋਸਟ ਮਤਲਬ ਮੈਂ 60% ਯੂਨੀਵਰਸਿਟੀ ਇਹਨਾਂ ਦਾ ਕਹਿ ਸਕਦਾ ਵੀ 60% ਯੂਨੀਵਰਸਿਟੀਆਂ ਦੀ ਜਿਹੜੀ ਲਾਇਬ੍ਰੇਰੀ ਉਹ ਰਾਤ ਨੂੰ 12 ਵਜੇ ਤੱਕ ਖੁੱਲੀ ਰਹਿੰਦੀ ਹੈ ਤਾਂ ਤੁਸੀਂ ਉੱਥੇ ਪੜ੍ਹ ਸਕਦੇ ਹੋ ਕਿਉਂਕਿ ਇਹਨਾਂ ਦੇ ਕੰਪਿਊਟਰ ਬਹੁਤ ਫਾਸਟ ਹੁੰਦੇ ਆ ਹਾਂ ਤੇ ਕਈ-ਕਈ ਬਿਲਡਿੰਗਾਂ ਦੇ ਵਿੱਚ ਕਿਚਨ ਵੀ ਹੁੰਦਾ ਤੁਸੀਂ ਉੱਥੇ ਬਹਿ ਕੇ ਉੱਥੇ ਪਲੇਟਾਂ ਉਹਨਾਂ ਦੀਆਂ ਵਰਤ ਸਕਦੇ ਹੋ ਵੀ ਆਪ ਦਾ ਖਾਣਾ ਖਾਣ ਵਾਸਤੇ ਆਬਵੀਅਸਲੀ ਬਾਅਦ ਚ ਤੁਹਾਨੂੰ ਪਲੇਟਾਂ ਨੂੰ ਧੋ ਕੇ ਉੱਥੇ ਹੀ ਰੱਖ ਲੈਣਾ ਤਾਂ ਫਿਰ ਠੀਕ ਹੈ ਇਹ ਚੀਜ਼ ਹੁੰਦੀ ਹੈ ਹੋਰ ਆ हां फिर एग्ज़ाम्स ਦੀ ਜੇ ਪੇਪਰਾਂ ਦੀ ਗੱਲ ਕਰੀਏ ਤਾਂ ਪੇਪਰ ਦੇ ਵਿੱਚ ਮੰਨ ਲਓ ਤੁਹਾਡੀ ਸਪਲੀ ਆ ਗਈ ਜਿਵੇਂ ਆਪਣੀ ਉੱਥੇ ਸਪਲੀ ਆ ਜਾਂਦੀ ਸੀ ਨਾ ਆਪਾਂ ਨੂੰ ਪੈਸੇ ਭਰਨੇ ਪੈਂਦੇ ਸੀ ਸਾਨੂੰ ਤਾਂ 700 ਰੁਪਏ ਭਰਨੇ ਪੈਂਦੇ ਇੱਕ ਪੇਪਰ ਦਾ ਤੇ ਇੱਥੇ ਪੈਸੇ ਭਰਨ ਦੀ ਕੋਈ ਲੋੜ ਨਹੀਂ ਇੱਥੇ ਇੱਥੇ ਸਪਲੀ ਨੂੰ ਮਤਲਬ ਜਿਹੜਾ ਜਿਵੇਂ ਆਪਾਂ ਬੈਕਲੌਗ ਕਹਿੰਦੇ ਨੇ ਇੱਥੇ ਰੀਸਿਟ ਕਹਿੰਦੇ ਆ ਤੇ ਰੀਸਿਟ ਦਾ ਮਤਲਬ ਵੀ ਇਹ ਹੁੰਦਾ ਵੀ ਰੀਸਿਟ ਹੰਜੇ ਤੁਸੀਂ ਰੀਸਿਟ ਨੂੰ ਸਪਲਟ ਕਰਕੇ ਦੇਖੋ ਤੇ ਇਹਨੂੰ ਆਪਾਂ ਇਕੱਠੇ ਕਰਕੇ ਦੇਖੋ ਰੀਸਿਟ ਦੁਬਾਰੇ एग्ਜ਼ਾਮ ਦੇ ਵਿੱਚ ਬੈਠਣਾ ਰੀਸਿਟ ਤਾਂ ਉਹ ਚੀਜ਼ ਕਹਿੰਦੇ ਆ ਤਾਂ ਉਹਦੇ ਪੈਸੇ ਨਹੀਂ ਲੱਗਦੇ ਕੋਈ ਫੀਸ ਨਹੀਂ ਲੈਂਦੇ ਇੱਥੇ ਜੀ ਆਪ ਹੀ ਤੁਸੀਂ ਐਗਜ਼ਾਮ ਦੇ ਸਕਦੇ ਹੋ ਆਬਵੀਅਸਲੀ ਤੁਹਾਨੂੰ ਇਹ ਹੁੰਦਾ ਵੀ ਪਹਿਲੇ ਚਾਂਸ ਦੇ ਵਿੱਚ ਮੰਨ ਲਓ ਤੁਸੀਂ ਫੇਲ ਹੋ ਗਏ ਫਿਰ ਤੁਸੀਂ ਦੂਜਾ ਚਾਂਸ ਹੈ ਜੇ ਦੂਜਾ ਚਾਂਸ ਵੀ ਤੁਸੀਂ ਗਵਾ ਲਿਆ ਫਿਰ ਜਿਹੜਾ ਤੀਜਾ ਚਾਂਸ ਦੇਣਾ ਨਾ ਉਹ ਬੋਰਡ ਦੇ ਸਿਰ ਤੇ ਹੁੰਦਾ ਇੰਗਲੈਂਡ ਬੋਰਡ ਦੇ ਸਿਰ ਤੇ ਹੁੰਦਾ ਜੇ ਤਾਂ ਉਹ ਰੈਲੇਵੈਂਟ ਚੀਜ਼ ਫਾਈਂਡ ਕਰਨਗੇ ਇਸ ਚੀਜ਼ ਵਾਸਤੇ ਵੀ ਸਟੂਡੈਂਟ ਨੇ ਪਹਿਲੇ ਐ ਜਿਹੜਾ ਪਹਿਲਾ ਅਟੈਂਪਟ ਕੀਤਾ ਸੀ ਤੇ ਜਿਹੜਾ ਦੂਜਾ ਅਟੈਂਪਟ ਕੀਤਾ ਵੀ ਦੂਜੇ ਅਟੈਂਪਟ ਦੇ ਵਿੱਚ ਕੁਝ ਨਾ ਕੁਝ ਹੋਰ ਅਚੀਵ ਕੀਤਾ ਪਹਿਲੇ ਨਾਲੋਂ ਫੇਰ ਤਾਂ ਉਹ ਤੀਜਾ ਚਾਂਸ ਦੇ ਦਿੰਦੇ ਆ ਨਹੀਂ ਕਦੇ ਕਦੇ ਉਹ ਦਿੰਦੇ ਵੀ ਨਹੀਂ ਫੇਰ ਡਿਗਰੀ ਦੁਬਾਰੇ ਕਰਨੀ ਪੈਂਦੀ ਆਣਾ ਉਹਦੇ ਵਿੱਚ ਫਿਰ ਉਵੇਂ ਹੀ ਫੀਸ ਲੱਗਦੀ ਆ ਪਰ ਐ ਹੁੰਦਾ ਵੀ ਰੀਸਟ ਐਗਜ਼ਾਮ ਦੀ ਕੋਈ ਫੀਸ ਨਹੀਂ ਲੱਗਦੀ ਇੱਥੇ ਜਿਹੜਾ ਐਗਜ਼ਾਮ ਮੈਂ ਤਾਂ ਦੇਖਦਾ ਉਥੇ ਮੇਰਾ ਟੈਲੀਫੋਨ ਹੈ ਨਾ ਉਹ ਕੈਮਰੇ ਨਾਲ ਕਨੈਕਟ ਹੈ ਮੈਨੂੰ ਐਵੇਂ ਲੱਗ ਵੀ ਤੱਕ ਉਹ ਨਾ ਬੰਦ ਹੋ ਜਾਵੇ ਇਹਨਾਂ ਜੇ ਮੰਨ ਲਓ ਤੁਹਾਡਾ ਫਾਈਨਲ ਸੈਮੈਸਟਰ ਹੈ ਜਿਵੇਂ ਮਾਸਟਰਸ ਦੇ 1 ਸਾਲ ਹੀ ਹੁੰਦਾ ਫਾਈਨਲ ਸੈਮੈਸਟਰ ਦਾ ਤੁਹਾਡਾ ਥੀਸਿਸ ਸਾਡਾ ਦਾ ਥੀਸਿਸ ਹੁੰਦਾ ਕਈਆਂ ਦਾ ਨਹੀਂ ਹੁੰਦਾ ਕੋਈ ਵੀ ਹੈ ਜੇ ਤੁਹਾਡਾ ਫਾਈਨਲ ਸੈਮੈਸਟਰ ਹੈ ਮੰਨ ਲਓ ਫਾਈਨਲ ਫਾਈਨਲ ਸੈਮੈਸਟਰ ਦੇ ਵਿੱਚ ਤੁਸੀਂ ਫੇਲ ਹੋ ਗਏ ਤਾਂ ਤੁਹਾਡਾ ਵੀਜ਼ਾ ਐਕਸਟੈਂਡ ਕਰਵਾਉਣ ਦੀ ਜ਼ਿੰਮੇਵਾਰੀ ਵੀ ਯੂਨੀਵਰਸਿਟੀ ਦੀ ਹੁੰਦੀ ਹੈ ਠੀਕ ਹੈ ਤਾਂ ਉਹ ਵੀ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ ਹੁੰਦੀ ਉਹ ਤੁਸੀਂ ਬਸ ਰੀਜ਼ਨ ਦੇਣਾ ਹੁੰਦਾ ਹੈ ਕਰਕੇ ਵੀ ਮੈਂ ਫੇਲ ਹੋ ਗਿਆ ਤਾਂ ਕਰਕੇ ਮੇਰਾ ਵੀਜ਼ਾ ਐਕਸਟੈਂਡ ਕਰਵਾਇਆ ਜਾਵੇ ਤਾਂ ਉਹ 1-ਨਿ ਕੁ ਮਹੀਨੇ ਵਾਸਤੇ ਵੀਜ਼ਾ ਐਕਸਟੈਂਡ ਹੋ ਜਾਂਦਾ ਹੁੰਦਾ ਆ ਤੁਸੀਂ ਸਪੋਰਟਸ ਜੁਆਇਨ ਕਰ ਸਕਦੇ ਹੋ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਮਨ ਲੱਗਦਾ ਵੀ ਜਿਮ ਵੀ ਹੁੰਦੀ ਹੋਈ ਹੈ ਤਾਂ ਉਹ ਜਿਮ ਦੀ ਜਿਹੜੀ ਮੈਂਬਰਸ਼ਿਪ ਹੁੰਦੀ ਹੈ ਉਹ ਸਟੂਡੈਂਟਾਂ ਵਾਸਤੇ 50% ਡਿਸਕਾਊਂਟ ਤੇ ਹੁੰਦੀ ਹੈ ਤੇ ਕਈ ਸਪੋਰਟਸ ਤੁਸੀਂ ਫ੍ਰੀ ਜੁਆਇਨ ਕਰ ਸਕਦੇ ਹੋ ਜਿਹੜੇ ਗਰਾਊਂਡਸ ਆ ਯੂਨੀਵਰਸਿਟੀ ਦੇ ਉਹ ਸਪੈਸੀਫਿਕ ਦਿਨਾਂ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਠੀਕ ਇਹ ਮੈਂ ਤਾਂ ਬਸ ਆਹੀ ਗੱਲਾਂ ਦੱਸੀਆਂ ਸੀਗੀਆਂ ਇਹੀ ਗੱਲਾਂ ਸੀਗੀਆਂ ਵੀ ਜਿਹੜੀਆਂ ਬੰਦਿਆਂ ਨੂੰ ਧਿਆਨ ਚ ਰੱਖਣੇ ਚਾਹੀਦੇ ਆ ਜਦੋਂ ਬੰਦਾ ਯੂਨੀਵਰਸਿਟੀ ਆਵੇ ਤਾਂ ਬਸ ਇਹੀ ਸੀਗਾ ਤੇ ਵੀਡੀਓ ਦੇਖਣਾ ਤੇ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸ਼ੇਅਰ ਕਰਦੇ ਹੋ ਹੁਣ ਯਾਰ ਵੀਡੀਓ ਘਟ ਆਉਂਦੀਆਂ ਕਿਉਂਕਿ ਹੁਣ ਵਰਕ ਵੀ ਜੇ ਤੇ ਹੋਣ ਵਾਲੇ ਹਨ ਕੰਮ ਕਰਦੇ ਆ ਥੋੜਾ ਜਿਹਾ ਹੋਰ ਕਰਨਾ ਪੈਂਦਾ ਤੇ ਉਹਦੇ ਬਾਰੇ ਵੀ ਹਜੇ ਚੰਗਣਾ ਪਾਵਾਂਗੇ ਅੱਡ ਅੱਡ ਕੰਮਾਂ ਦਾ ਮੈਂ ਤਾਂ ਮੈਂ ਤਾਂ ਐਕਸਪੈਰੀਮੈਂਟ ਕਰੀ ਜਾਂਦਾ ਕੰਮਾਂ ਨਾਲ ਜਿਹੜਾ ਕੋਈ ਚੰਗਾ ਲੱਗਦਾ ਉਹ ਫੜ ਲੈਣਾ ਬਾਕੀ ਛੱਡ ਦੇਣਾ ਕਦੇ ਕਦੇ ਉਹ 2 ਮਹੀਨੇ ਕਰਕੇ ਛੱਡ ਦਈਦਾ ਤੇ ਅੱਡ ਅੱਡ ਐਕਸਪੀਰੀਅੰਸ ਇਕੱਠੇ ਕਰ ਰਿਹਾ ਹਾਂ ਬੇਸਿਕਲੀ ਤੇ ਚਲੋ ਠੀਕ ਹੈ ਧੰਨਵਾਦ ਸਾਰਿਆਂ ਦਾ ਥੈਂਕ ਯੂ ਵੀਡੀਓ ਨੂੰ ਦੇਖਣਾ ਤੇ ਖਿਆਲ ਰੱਖੋ ਖੁਸ਼ ਰਹੋ ਜੇ ਆਪਦੇ ਮਤਲਬ ਦੀ ਵੀਡੀਓ ਦੇਖਣੀ ਹੈ ਤਾਂ ਉੱਤੇ ਕਲਿੱਕ ਕਰੋ ਜੇ ਮੇਰੀ ਸੁਜੈਸਟ ਕੀਤੀ ਹੋਈ ਵੀਡੀਓ ਦੇਖਣੀ ਹੈ ਤਾਂ ਥੱਲੇ ਕਲਿੱਕ ਕਰੋ ਜੇ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ 골ਡੀ ਬਟਨ ਤੇ ਕਲਿੱਕ ਕਰ ਦਿਓ ਜੇ ਕੁਝ ਨਹੀਂ ਕਰਨਾ ਤਾਂ ਵੀਡੀਓ ਬੰਦ ਕਰ ਦਿਓ